ਅਸਲਾਮ ਵਾਲੇਕਮ ਜੀ, ਮੈਂ ਹਾਂ ਮਿਰਜ਼ਾ ਅਰਸ਼ਦ ਅਲੀ ਅਤੇ ਮੈਂ ਇਸ ਵਕਤ ਮੌਜੂਦ ਹਾਂ ਡਾਕਟਰ ਮੁਹੰਮਦ ਮੁਸ਼ਤਾਕ ਮੁਗਲ ਸਾਹਿਬ ਦੇ ਕੋਲ। ਜਿਹੜੀ ਮਰਕਜ਼ੀ ਅੰਜਮਨ ਤਾਜਰਾਨੀ ਖਤਮ ਹੋ ਗਈ, ਉਹਦੇ ਤਰਜਮਾਨ ਆਏ ਅਤੇ ਹੁਣ ਇੱਕ ਉਹਨਾਂ ਨੇ ਆਪਣੀ 5 ਰੁਕਨੀ ਕਮੇਟੀ ਬਣਾਈ ਹੈ ਜਿਹਦੇ ਮੈਂਬਰ ਵੀ ਆਉਣੇ ਜੀ। ਗੱਲ ਜੀ ਜੀ ਬਿਲਕੁਲ। ਮੈਂ ਡਾਕਟਰ ਸਾਹਿਬ ਕੋਲੋਂ ਇਹ ਪੁੱਛ ਰਿਹਾ ਕਿ ਜਿਹੜੀ ਤੁਹਾਡੀ ਕਮੇਟੀ ਬਣੀ ਸੀ, ਉਹਦੀ ਕੋਈ ਡਿਵੈਲਪਮੈਂਟ ਹੋਈ ਹੈ, ਕਿਤੇ ਮਿਲੇ ਵੇ ਕੁਝ ਦੱਸ ਸਕਦੇ ਹੋ ਤੁਸੀਂ ਇਸ ਚੀਜ਼ ਦੇ ਬਾਰੇ ਸਾਨੂੰ? ਸਰ ਜੀ ਬਿਲਕੁਲ, ਸਰ ਸਾਡਾ ਇਹ ਮਕਸਦ ਹੈ ਕਮੇਟੀ ਬਣਾਉਣ ਦਾ ਕਿ ਸ਼ਹਿਰ ਦੇ ਵਿੱਚ ਇੱਕ ਆਪਸ ਵਿੱਚ ਅਤੇ ਤਾਜਰਾਂ ਦੀ ਜਿਹੜੀ ਕੋਈ ਥੋੜ੍ਹੀ ਜਿੰਨੀ ਆਪਣੀ ਹਵਾ ਜੀ ਬਣੀ ਹੈ ਕੋਈ ਇੱਕ ਦੂਜੇ ਦੇ ਖਿਲਾਫ ਜਿਹੜਾ, ਅਤੇ ਸਾਡਾ ਦਿਲ ਹੈ ਕਿ ਅਸੀਂ ਇੱਕ ਪਲੇਟਫਾਰਮ 'ਤੇ ਪੂਰੀ ਤਾਜਰ ਬਰਾਦਰੀ ਮੁਤਫਿਕ ਹੋ ਕੇ ਅਤੇ ਇੱਕ ਮੁਤਫਿਕਾ ਅਜਮਨੇ ਤਾਜਰਾਨ ਦਾ ਅਸੀਂ ਸੈਟਅਪ ਬਣਾਈਏ, ਅਤੇ ਇਹਦੇ ਵਾਸਤੇ ਸਾਡੀ ਕਮੇਟੀ ਅਲਹਮਦੁਲਿਲਾ ਕੋਸ਼ਿਸ਼ ਕਰ ਰਹੀ ਹੈ। ਮੈਂ ਉਸਨੂੰ ਡਿਸਕਲੋਜ਼ ਤਾਂ ਨਹੀਂ ਕਰਦਾ, ਲੇਕਿਨ ਅਲਹਮਦੁਲਿਲਾ ਸਾਡਾ ਮਕਸਦ ਹੀ ਇਹ ਕਿ ਅਸੀਂ ਬਿਹਤਰ ਤੋਂ ਬਿਹਤਰ ਜਿਹੜਾ ਕਿ ਇਸ ਤਾਜਰ ਬਰਾਦਰੀ ਵਾਸਤੇ ਜਿਹੜਾ ਕਿ ਕਰੀਏ ਅਤੇ ਇਹਨਾਂ ਨੂੰ ਅੱਛੀ ਖੁਸ਼ਖਬਰੀ ਦੇਵੀਏ। ਸਰ ਵਰਕਿੰਗ ਸ਼ੁਰੂ ਹੋ ਗਈ ਹੈ ਜੀ? ਅਲਹਮਦੁਲਿਲਾ ਅਲਹਮਦੁਲਿਲਾ, ਜਿਹੜਾ ਕਿ ਸਾਰੇ ਕਮੇਟੀ ਜਿਸ ਟਾਈਮ ਬਣ ਜਾਂਦੀ ਅਤੇ ਉਹ ਆਪਣੀ ਵਰਕਿੰਗ ਸ਼ੁਰੂ ਕਰ ਦਿੰਦੀ ਹੈ ਸਰ। ਇਨਸ਼ਾਅੱਲਾ ਰਾਤੇ ਦੀ ਸਾਰੀ ਇੱਕ ਨਵੀਂ ਡਿਵੈਲਪਮੈਂਟ ਹੀ ਹੈ ਕਿ ਸਾਡਾ ਇੱਕ ਦੂਜਾ ਗਰੁੱਪ ਹੈ ਅੰਜਮਨ ਤਾਜਰਾਨ ਦਾ, ਸ਼ਹੀਨ ਗਰੁੱਪ ਨੂੰ ਕੰਨੇ ਆ ਰਾਣਾ ਕਾਸਮ ਹੁਸੈਨ ਸਾਹਿਬ, ਸ਼ਾਇਦ ਬੱਟ ਸਾਹਿਬ ਨੂੰ ਲੀਡ ਕਰਦੇ ਜੀ, ਉਹਨਾਂ ਨੇ ਵੀ ਇਸ ਇਹਨਾਂ ਮਾਮਲਾਤ ਨੂੰ ਵੇਖਦੇ ਹੋਏ ਆਪਣੀ ਕਮੇਟੀ ਤਸ਼ਕੀਲ ਦੇ ਦਿੱਤੀ ਜੀ। ਉਹਦੇ 'ਤੇ ਤੁਸੀਂ ਕਹੋਗੇ ਕਿ ਉਹਨਾਂ ਦਾ ਠੀਕ ਮੌਕਫ ਹੈ ਜਾਂ ਤੁਸੀਂ ਉਹਨਾਂ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕਰੋਗੇ? ਜੀ ਬਿਲਕੁਲ, ਬੜੀ ਖੁਸ਼ੀ ਦੀ ਗੱਲ ਹੈ ਕਿ ਕੱਲ੍ਹ ਜਿਸ ਟਾਈਮ ਪਤਾ ਲੱਗਾ ਜਿਹੜਾ ਕਿ ਸਾਡੇ ਆਪਣੇ ਅੰਜਮਨ ਤਾਜਰਾਨ ਸ਼ਹੀਨ ਗਰੁੱਪ ਦਾ ਇਜਲਾਸ ਹੈ, ਅਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਜਿਹੜਾ ਕਿ ਮੁਸ਼ਤਰਕਾ ਤੌਰ 'ਤੇ ਇੱਕ ਮੁਜ਼ਾਕਰਾਤੀ ਕਮੇਟੀ ਦਾ ਜਿਹੜਾ ਐਲਾਨ ਕੀਤਾ। ਯਕੀਨ ਕਰੋ ਕਿ ਬਹੁਤ ਹੀ ਅੱਛਾ ਜਿਹੜਾ ਕਿ ਸਟੈਪ ਹੈ ਉਹਨਾਂ ਦੀ ਤਰਫੋਂ, ਕਿ ਇਹਨਾਂ ਇਹੋ ਜਿਹੀਆਂ ਅਗਰ ਹਰ ਧੜੇ ਦੀ ਤਰਫੋਂ ਕੋਸ਼ਿਸ਼ਾਂ ਕੀਤੀਆਂ ਜਾਣ ਕਿ ਸ਼ਹਿਰ ਦੀ ਤਾਜਰ ਬਰਾਦਰੀ ਨੂੰ ਆਪਸ ਵਿੱਚ ਇੱਕ ਪਲੇਟਫਾਰਮ 'ਤੇ ਜਮ੍ਹਾਂ ਕਰਨ ਵਾਸਤੇ, ਅਤੇ ਇਨਸ਼ਾਅੱਲਾ ਇਹਦੀਆਂ ਜਿਹੜੀਆਂ ਕਿ ਬਿਹਤਰ ਤੋਂ ਬਿਹਤਰ ਜਿਹੜਾ ਕਿ ਨਤਾਇਜ ਹੋ ਸਕਦੇ ਨੇ, ਜਿਹੜਾ ਡਿੰਗਾ ਦੀ ਤਾਜਰ ਬਰਾਦਰੀ ਨੂੰ ਮਜ਼ੀਦ ਕਰੀਬ ਲਿਆਉਣ ਦੇ ਦੂਰ ਕਰਨ ਦੀ ਬਜਾਏ। ਉਮੀਦ ਹੈ ਕਿ ਉਹਨਾਂ ਦੀ ਕਮੇਟੀ ਜਿਹੜਾ ਕਿ ਭਰਪੂਰ ਜਿਹੜਾ ਕਿ ਆਪਣਾ ਕਿਰਦਾਰ ਅਦਾ ਕਰੇਗੀ। ਇਨਸ਼ਾਅੱਲਾ ਅਸੀਂ ਪੁਰ ਉਮੀਦ ਹਾਂ ਕਿ ਉਹ ਸਾਡੇ ਭਾਈ ਨੇ। ਲੇਕਿਨ ਸਰ, ਕਮੇਟੀਆਂ ਜਿਸ ਵਕਤ ਬਣਦੀਆਂ ਨੇ ਇਹਦਾ ਮਤਲਬ ਹੁੰਦਾ ਕਿਸੇ ਇੱਕ ਜਗ੍ਹਾ 'ਤੇ ਬਹੁਤ ਦੇ ਕੋਈ ਗਿਵ ਐਂਡ ਟੇਕ ਹੁੰਦਾ, ਕੋਈ ਤੁਸੀਂ ਅਗਲੇ ਦੀ ਗੱਲ ਸੁਣਦੇ ਹੋ, ਆਪਣੀ ਵੀ ਕਦਮ ਪਿੱਛੇ ਹੋ ਜਾਂਦੇ ਹੋ। ਲੇਕਿਨ ਕੱਲ੍ਹ ਮੈਂ ਮਲਕ ਸਲੀਮ ਸਾਹਿਬ ਦਾ ਇੰਟਰਵਿਊ ਕੀਤਾ, ਉਹ ਕਹਿੰਦੇ ਨੇ, ਉਹਨਾਂ ਦੋ ਗੱਲਾਂ ਵਧੀਆਂ ਵਾਜ਼ੇ ਕੀਤੀਆਂ ਨੇ ਕਿ ਅਸੀਂ ਇੱਕ ਤਾਂ ਆਪਣੇ ਮੌਕਾ ਵਨ ਸ਼ਟਰ ਵਨ ਵੋਟ ਤੋਂ ਪਿੱਛੇ ਨਹੀਂ ਹਟਣਾ, ਦੂਜਾ ਤੁਸੀਂ ਇਤਰਾਜ਼ ਕੀਤਾ ਸੀ ਹਬੀਬ ਸਾਹਿਬ ਜਿਹੜੇ ਇਲੈਕਸ਼ਨ ਕਮਿਸ਼ਨਰ ਬਣੇ ਨੇ, ਅਸੀਂ ਉਹਦੇ 'ਤੇ ਵੀ ਮੁਤਫਿਕਾ, ਕਹਿੰਦੇ ਅਸੀਂ ਇਹਨਾਂ ਦੋਵਾਂ ਚੀਜ਼ਾਂ ਤੋਂ ਪਿੱਛੇ ਨਹੀਂ ਹਟ ਸਕਦੇ। ਇਹਦੇ 'ਤੇ ਤੁਸੀਂ ਕੀ ਕਹੋ ਉਹਦੇ ਫਿਰ? ਸਰ ਮੈਂ ਕਹਿੰਦਾ ਕਿ ਅਗਰ ਅਸੀਂ ਕੋਈ ਇੱਕ ਮੁਤਫਿਕਾ ਲਾਏ ਅਮਲ 'ਤੇ ਜਿਹੜਾ ਕਿ ਜਮ੍ਹਾਂ ਹੋਣਾ ਹੋਵੇ ਤਾਂ ਉਹਦੇ 'ਚ 8 ਦਰਮੀ ਨਹੀਂ ਚੱਲਦੀ, ਅਤੇ ਜੇ ਅਗਰ ਕੋਈ ਦੋਸਤ ਪਹਿਲੇ ਤੀ ਉਹ ਕਹਿ ਲਏ ਕਿ ਮੈਂ ਜੋ ਕੰਮ ਕਰ ਰਿਹਾ ਜਾਂ ਮੈਂ ਜਿਹੜਾ ਇੱਕ ਤਰੀਕੇਕਾਰ ਦਾ ਐਲਾਨ ਕੀਤਾ ਜਾਂ ਮੈਂ ਇੱਕ ਵਨ ਸ਼ਟਰ ਵਨ ਵੋਟ ਦਾ ਐਲਾਨ ਕਰ ਦਿੱਤਾ, ਉਹ ਸਰ ਉਹਨਾਂ ਦੀ ਆਪਣੀ ਸੋਚ ਹੈ, ਸ਼ੁਰੂ ਤੋਂ ਉਹ ਉਹਦੇ 'ਤੇ ਵਰਕ ਕਰ ਰਹੇ ਨੇ, ਅਸੀਂ ਮੁਖਾਲਫਤ ਨਹੀਂ ਉਹਨਾਂ ਦੀ ਕਰਦੇ, ਲੇਕਿਨ ਕਿਸੇ ਵੀ ਪਹਿਲੂ ਵਿੱਚ 8 ਦਰਮੀ ਕਦੇ ਨਹੀਂ ਹੋਣੀ ਚਾਹੀਦੀ, ਹਮੇਸ਼ਾ ਲਚਕ ਦਾ ਪਹਿਲੂ ਹੋਣਾ ਚਾਹੀਦਾ, ਹਮੇਸ਼ਾ ਉਹ ਐਸੇ ਸਟੈਪ ਲੈਣੇ ਚਾਹੀਦੇ ਨੇ ਜਿਹਦੇ ਵਿੱਚ ਦੋਸਤ ਕਰੀਬ ਆਵਣ ਅਤੇ ਜਿਹਦੀ ਵਜ੍ਹਾ ਨਾਲ ਇੱਕ ਮੁਤਫਿਕਾ ਲਾਏ ਅਮਲ ਤਰਤੀਬ ਦੇ ਕੇ ਅਤੇ ਡਿੰਗੇ ਸ਼ਹਿਰ ਦੀ ਜਿਹੜੀ ਆਪਣੀ ਹਵਾ ਹੈ ਉਹਨੂੰ ਜਿਹੜਾ ਕਿ ਬਿਹਤਰ ਤੋਂ ਬਿਹਤਰ ਕੀਤਾ ਜਾਏ, ਕਿ ਜਿਹਦੇ ਨਾਲ ਤਾਜਰ ਬਰਾਦਰੀ ਨਜ਼ਦੀਕ ਆਵੇ, ਇਹ ਨਾ ਹੋਵੇ ਕਿ ਧੜੇਬੰਦੀਆਂ ਮਜ਼ੀਦ ਵੱਧ ਜਾਣ। ਠੀਕ ਹੈ ਨਾ? ਤੁਸੀਂ ਇਹ ਕੰਮ ਕਰਨ ਵਾਸਤੇ ਮਲਕ ਸਲੀਮ ਸਾਹਿਬ ਨਾਲ ਜਾਂ ਉਹਨਾਂ ਦੀ ਕੋਈ ਕਮੇਟੀ ਜਾਂ ਕਿਸੇ ਬੰਦੇ ਨਾਲ ਉਹਨਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰੋਗੇ ਫਿਰ? ਸਰ ਸਰ ਇੱਕ ਜਦੋਂ ਅਸੀਂ ਕਮੇਟੀ ਦਾ ਇਹ ਐਲਾਨ ਕੀਤਾ ਕਿ ਉਹ ਸ਼ਹਿਰ ਦੇ ਵਿੱਚ ਜਿਹੜਾ ਕਿ ਮੁਤਫਿਕਾ ਮਰਕਜ਼ੀ ਅਜਮੇ ਤਾਜਰਾਨ ਵਾਸਤੇ ਵਰਕ ਕਰੇਗੀ, ਅਤੇ ਸਰ ਅਸੀਂ ਹਰ ਧੜੇ ਨਾਲ ਜਿਹੜਾ ਕਿ ਜਾ ਕੇ ਮਿਲਣ ਨੂੰ ਤਿਆਰ ਹਾਂ, ਲੇਕਿਨ ਉਹਦਾ ਇੱਕ ਤਰੀਕੇਕਾਰ ਹੁੰਦਾ, ਇੱਕ ਵਕਤ ਹੁੰਦਾ। ਠੀਕ ਹੈ ਨਾ? ਅਗਰ ਵਕਤ ਤੋਂ ਪਹਿਲਾਂ ਅਸੀਂ ਕਹੀਏ ਕਿ ਅਸੀਂ ਫਲਾਂਕ ਨਾਲ ਬੈਠਾਂਗੇ, ਫਲਾਂ ਨਾਲ ਬੈਠਾਂਗੇ, ਲੇਕਿਨ ਇਨਸ਼ਾਅੱਲਾ ਅਸੀਂ ਪੁਰ ਉਮੀਦ ਹਾਂ ਕਿ ਅਸੀਂ ਕਿਸੇ ਨੂੰ ਵੀ ਜਿਹੜਾ ਕਿ ਛੋੜਨ ਨਹੀਂ ਲਏ,
ਠੀਕ ਹੈ, ਹਰ ਇੱਕ ਨਾਲ ਅਸੀਂ ਰਾਬਤਾ ਕਰਾਂਗੇ, ਲੇਕਿਨ ਉਹਦਾ ਤਰੀਕੇਕਾਰ ਜਾਂ ਉਹਦਾ ਵਕਤ ਜਿਹੜਾ ਉਹਦਾ ਅਸੀਂ ਇਨਸ਼ਾਅੱਲਾ ਤਾਇਨ ਕਰਾਂਗੇ। ਲੇਕਿਨ ਅਸੀਂ ਇਨਸ਼ਾਅੱਲਾ ਡਿੰਗੇ ਸ਼ਹਿਰ ਦੇ ਵਿੱਚ ਮੁਤਫਿਕਾ ਮਰਕਜ਼ੀ ਅਜਮਨੇ ਤਾਜਰਾਨ ਦੇ ਕਿਆਮ ਵਾਸਤੇ ਅਸੀਂ ਭਰਪੂਰ ਕੋਸ਼ਿਸ਼ਾਂ ਕਰਾਂਗੇ। ਉਹਦੇ ਵਿੱਚ ਕੋਈ ਸਾਡੀ ਤਰਫੋਂ ਅੱਠ ਦਰਮੀ ਵਾਲਾ ਪਹਿਲੂ ਨਹੀਂ ਹੈ, ਲੇਕਿਨ ਕਿਸੇ ਨੂੰ ਵੀ ਜਿਹੜਾ ਨਾ ਕਿ ਇਸ ਤਰ੍ਹਾਂ ਦਾ ਜਿਹੜਾ ਲਹਿਜਾ ਨਹੀਂ ਇਸਤੇਮਾਲ ਕਰਨਾ ਚਾਹੀਦਾ ਜਿਸ ਤਰ੍ਹਾਂ ਦਾ ਕੱਲ੍ਹ ਸਾਡੇ ਭਾਈ ਸਲੀਮ ਸਾਹਿਬ ਨੇ ਇਸਤੇਮਾਲ ਕੀਤਾ। ਇਹੋ ਜਿਹੇ ਲਹਿਜਿਆਂ ਨਾਲ ਜਿਹੜਾ ਕਿ ਫਾਸਲੇ ਘੱਟ ਨਹੀਂ ਹੁੰਦੇ, ਹਮੇਸ਼ਾ ਵੱਧਦੇ ਨੇ, ਅਤੇ ਮੈਂ ਉਮੀਦ ਕਰਨਾ ਕਿ ਉਹ ਆਇੰਦਾ ਜਿਹੜਾ ਕਿ ਆਪਣੇ ਲਹਿਜੇ ਨੂੰ ਨਰਮ ਰੱਖਣਗੇ। ਅਤੇ ਅਸੀਂ ਦੁਆ ਗੋਆਂ ਡਿੰਗਾ ਸ਼ਹਿਰ ਦੀ ਪੂਰੀ ਤਾਜਰ ਬਰਾਦਰੀ ਵਾਸਤੇ, ਮੇਰੀ ਅਜਮਨੇ ਤਾਜਰਾਨ ਵੀ ਜਿਹੜੀ ਅਸੀਂ ਕਮੇਟੀ ਦਾ ਤਾਇਨ ਕੀਤਾ ਉਹ ਵੀ ਉਹ ਆਪਣੀਆਂ ਭਰਪੂਰ ਕੋਸ਼ਿਸ਼ਾਂ ਕਰੇਗੀ ਕਿ ਡਿੰਗੇ ਦੀ ਤਾਜਰ ਬਰਾਦਰੀ ਨੂੰ ਜਿਹੜਾ ਕਿ ਮੁਤਫਿਕ ਕੀਤਾ ਜਾਏ। ਸਰ ਤਰੀਕਾਕਾਰ ਤਾਂ ਹੋਣਾ ਜਿਹਦੇ 'ਤੇ ਸਾਰੀਆਂ ਐਸੋਸੀਏਸ਼ਨ ਨੇ ਮੁਤਫਿਕ ਹੋਣਾ। ਅਗਰ ਤੁਸੀਂ ਵਨ ਸ਼ਡਰ ਵਨ ਵੋਟ ਦੀ ਜਿਹੜਾ ਕਿ ਇੱਕ ਰਿਟ ਲਾ ਕੇ ਅਤੇ ਉਹਦੇ 'ਤੇ ਹੀ ਫੋਕਸ ਰੱਖੋਗੇ ਕਿ ਅਸੀਂ ਜਿਹੜਾ ਕਿ ਵਨ ਸ਼ਡਰ ਵਨ ਵੋਟ ਹੀ ਕਰਨਾ, ਸਰ ਇਹੋ ਜਿਹਾ ਅੱਠ ਦਰਮੀਆਂ ਨਾਲ ਮੁਫਾਹਮਤ ਨਹੀਂ ਹੁੰਦੀ। ਮੁਫਾਹਮਤ ਉਦੋਂ ਹੁੰਦੀ ਹੈ, ਉਹ ਹੀ ਤਰੀਕਾਕਾਰ ਹਮੇਸ਼ਾ ਕਾਰਗਰ ਹੁੰਦਾ ਜਿਹਦੇ 'ਤੇ ਸਾਰੇ ਧੜੇ ਮੁਤਫਿਕ ਹੋਵਣ। ਸਰ ਅਗਰ ਕਿਸੇ ਵੀ ਤਰੀਕੇਕਾਰ 'ਤੇ ਸਾਰੇ ਧੜੇ ਮੁਤਫਿਕ ਹੋ ਜਾਂਦੇ ਨੇ, ਜਿਸ ਤਰ੍ਹਾਂ ਸਾਡੇ ਸ਼ਹੀਨ ਗਰੁੱਪ ਨੇ ਰਾਤੀ ਕਮੇਟੀ ਦਾ ਐਲਾਨ ਕੀਤਾ, ਠੀਕ ਹੈ, ਅਸੀਂ ਉਹਨਾਂ ਦੀ ਪਹਿਲਾਂ 2-4 ਦਿਨ ਜਿਹੜਾ ਕਿ ਐਲਾਨ ਕਰ ਦਿੱਤਾ, ਅਤੇ ਅਸੀਂ ਇਨਸ਼ਾਅੱਲਾ ਜਿਹੜਾ ਕੋਸ਼ਿਸ਼ ਕਰਾਂਗੇ ਕਿਸੇ ਹਵਾਲੇ ਨਾਲ ਅੱਠ ਦਰਮੀ ਨਾ ਹੋਵੇ, ਲੇਕਿਨ ਦਿਲ ਕੁਸ਼ਾਦਾ ਰੱਖਣੇ ਚਾਹੀਦੇ ਨੇ ਅਤੇ ਦਿਲ ਕੁਸ਼ਾਦਾ ਹੋਣ ਅਤੇ ਆਪਸ ਵਿੱਚ ਮਿਲ ਬੈਠ ਕੇ ਅਸੀਂ ਆਪਣੇ ਇੱਕ ਦੂਜੇ ਨਾਲ ਡਿਸਕਸ਼ਨ ਕਰਨ ਦੇ, ਅਤੇ ਇਨਸ਼ਾਅੱਲਾ ਇਹਦੇ ਨਾਲ ਬਿਹਤਰ ਤੋਂ ਬਿਹਤਰ ਨਤਾਇਜ਼ ਨਿਕਲਣ ਦੇ। ਉਮੀਦ ਹੈ ਕਿ ਡਿੰਗਾ ਦੀ ਜਿਹੜੀ ਤਾਜਰ ਬਰਾਦਰੀ ਹੈ ਉਹਦੇ ਵਾਸਤੇ ਬੜੀਆਂ ਖੁਸ਼ਖਬਰੀਆਂ ਆਉਣ ਵਾਲੀਆਂ ਨੇ। ਠੀਕ ਹੈ ਮਿਲਰ ਸਾਹਿਬ, ਤੁਹਾਡਾ ਸ਼ੁਕਰੀਆ।